ਪੱਠੀਆਂ ਵਿੱਚ ਦਾਣੇ ਨੇ, ਉਹ ਵੇਖੀ ਕੀ ਤਸਾੜ ਨਾ ਦਵੀਂ, ਦਾਣੇ ਸੱਜਣਾ ਨੇ ਖਾਣੇ ਨੇ। ਪਿੰਡ ਦੇ ਵਿੱਚ ਪੱਠੀਆਂ ਜਿੱਥੇ ਦਾਣੇ ਭੁੰਨੇ ਜਾਂਦੇ ਆ, ਉੱਥੇ ਜਵਾਨਾਂ ਨੇ ਆ ਕੇ ਖੜੇ ਹੋ ਜਾਣਾ, ਮਾਸੀ ਦੇ ਕੋਲੋਂ ਦਾਣੇ ਪਾਉਣੇ, ਲੈਣੇ, ਖਾਣੇ। ਯਾਨੀ ਇਹ ਇੱਕ ਫਾਰਗ ਟਾਈਮ ਦੇ ਵਿੱਚ ਗੱਪਸ਼ੱਪ ਲਾਉਣ ਦਾ ਇੱਕ ਬੜਾ ਬਿਹਤਰੀਨ ਜ਼ਰੀਆ ਹੁੰਦਾ ਸੀ ਪਿੰਡਾਂ ਦੇ ਵਿੱਚ, ਖਾਸ ਤੌਰ 'ਤੇ ਕਿ ਦਾਣੇ ਬਣਾਉਣੇ, ਮਹਿਫਲਾਂ ਦੇ ਵਿੱਚ ਬੈਠ ਕੇ ਉਹ ਦਾਣੇ ਖਾਣੇ, ਕਿਸੇ ਨੇ ਗੁੜ ਵਾਲੇ ਦਾਣੇ ਬਣਾਉਣੇ, ਕਿਸੇ ਨੇ ਫਿੱਕੇ ਦਾਣੇ। ਦਾਣੇ ਜਿਹੜੇ ਸੀਗੇ ਉਹ ਸਾਡੇ, ਅਸੀਂ ਜਿਹੜੇ ਬਣਾ ਕੇ ਖਾਈਦੇ ਸੀਗੇ, ਇਹ ਸਾਡੇ ਪਿੰਡ ਦੀ ਇਹ ਵੀ ਇੱਕ ਸਕਾਫਤ ਦਾ ਹਿੱਸਾ ਹੈ। ਲੇਕਿਨ ਹੁਣ ਇਹ ਵੀ ਝਲਕ ਕਿਤੇ ਕਿਤੇ ਰਹਿ ਗਈ ਆ, ਟਾਵੀਂ ਟਾਵੀਂ ਇਹ ਝਲਕ ਨਜ਼ਰ ਆਉਂਦੀ ਆ। ਨਹੀਂ ਤਾਂ ਅੱਗੇ ਕੋਈ ਦੌਰ ਹੁੰਦਾ ਸੀ ਕਿ ਜਿੱਥੇ ਮਾਸੀਆਂ ਨੇ ਦਾਣੇ ਭੁੰਨਣੇ, ਅਤੇ ਕੁਛ ਬਹੁਤ ਮਾਸੀਆਂ ਮਖੌਲੀ ਹੁੰਦੀਆਂ ਸੀਗੀਆਂ। ਅਤੇ ਇਹ ਸਾਡੀ ਸਕਾਫਤ ਦਾ ਜੀ ਇੱਕ ਬਹੁਤ ਵੱਡਾ ਹਿੱਸਾ ਹੈ। ਇਸ ਵੀਡੀਓ ਨੂੰ ਆਖਰ ਤੱਕ ਪੂਰਾ ਦੇਖਣਾ ਹੈ, ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਂਝੇ ਪੰਜਾਬ ਦੇ ਵਕਤ ਦੀ ਇੱਕ ਝਲਕ ਜ਼ਰੂਰ ਨਜ਼ਰ ਆਏਗੀ, ਜਿਹਦੇ ਵਿੱਚ ਲੋਕ ਉਸੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ, ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦੇ ਆ। ਬਹੁਤ ਸ਼ੁਕਰੀਆ ਜੀ। ਰਾਤੀ ਮਾਸੀ ਤੋਂ 10-12 ਸਾਲਾਂ ਬਾਅਦ ਦਾਣੇ ਚੱਲੇ ਆ। ਪਿਛਲਾ ਪੈਰ ਏ ਸ਼ਾਮ ਦਾ, ਦਿਲ ਨੂੰ ਅਜਬ ਉਦਾਸੀ ਏ। ਪਿਛਲਾ ਪੈਰ ਏ ਸ਼ਾਮ ਦਾ, ਦਿਲ ਨੂੰ ਅਜਬ ਉਦਾਸੀ ਏ। ਇੰਜ ਲੱਗਦਾ ਹੈ ਸਾਰੇ ਜਹਾਨ ਦੀ ਕੋਈ ਵੱਡੀ ਚੀਜ਼ ਗੁਆਚੀ ਏ, ਕੋਈ ਵੱਡੀ ਚੀਜ਼ ਗੁਆਚੀ ਏ। ਬੇਸ਼ੱਕ ਜੀ, ਵੱਡੀਆਂ ਚੀਜ਼ਾਂ ਸਾਡੀਆਂ, ਸਾਡਾ ਸਕਾਫਤ, ਸਾਡਾ ਕਲਚਰ, ਕਸਟਮ, ਟ੍ਰੈਡੀਸ਼ਨ, ਸਭ ਤੋਂ ਵੱਡੀ ਚੀਜ਼ ਇਹ ਆ ਜਿਹੜੀ ਕਿ ਗਲੀਆਂ ਬਾਜ਼ਾਰਾਂ ਦੇ ਵਿੱਚ ਰੁਲਦੀ ਫਿਰ ਰਹੀ ਆ, ਗੁਆਚੀ ਗੁਆਚੀ ਜੀ ਲੱਗ ਰਹੀ ਆ। ਅਤੇ ਇੱਕ ਦੌਰ ਲੱਗਦਾ ਹੈ ਕਿ ਐਸਾ ਆ ਜਾਣਾ ਕਿ ਜਦੋਂ ਸਾਡੀ ਸਕਾਫਤ ਬਿਲਕੁਲ ਨਾ ਪੈਦ ਹੋ ਜਾਣੀ ਆ। ਲੇਕਿਨ ਆਪਣੀ ਸਕਾਫਤ ਨੂੰ ਉਜਾਗਰ ਰੱਖਣ ਵਾਸਤੇ ਇੱਕ ਪਿੰਡ ਪੰਜਾਬ ਦੇ ਚੈਨਲ ਦੀ ਵਿੱਚ ਤੁਹਾਡਾ ਸਵਾਗਤ ਹੈ। ਦੁੱਧ ਲਿਆ ਤੇ ਚਾਹ ਪੀਣੀ। ਕਿੰਨਾ ਲਿਆ ਜਨਾਬ? 1 ਕਿਲੋ। ਕੀ ਰੇਟ ਕੀ ਆ? ਇਹ ਰੇਟ ਹੈਗਾ ਜੀ 70 ਰੁਪਏ ਕਿਲੋ। ਕੀ ਬਾਤ! ਅੜਾ ਉੜ ਜਾਓ ਹੁਣ, ਫਿਰ ਚਾਹ ਪੀਓ ਜਾ ਕੇ। ਉਧਰ ਲਿਆ ਵੇ, ਇਧਰ ਲਿਆ, ਕੁੜੀ ਲੈ ਗਈ ਦੁੱਧ ਹੋਏ। ਹਾਂ ਭੂਆ, ਕੀ ਹਾਲ ਆ? ਬਣਾ ਲਈ ਬਣਾ ਲਈ। ਹੋਰ ਸੁਣਾਓ? ਦੋਜੀ ਬਈ, ਕਿੰਨਾ ਪਿੰਡ ਦੁੱਧ ਇਕੱਠਾ ਕਰ ਲੈਣਾ? ਪਿੰਡ ਚੋਂ ਲੈ ਕੇ ਪਿੰਡ ਮੈਂ ਕਹਿੰਦਾ ਵੰਡ ਵੁੰਡ ਜਾਂਦਾ। ਹੁਣ ਇਧਰ ਦੀ ਜਾਣ ਨੇ ਸਕੂਲੇ, ਕਿਹੜੇ ਸਕੂਲੇ ਜਾਂਦੇ? ਇੰਨਾ ਪੈਂਡਾ ਪਾ ਕੇ ਘੁੰਮ ਘੁਮਾ ਕੇ ਹੈ। ਲੜਦੇ ਕਿਹੜੀ ਗੱਲੋਂ ਸੀ? ਲੜਦੇ ਕਿਹੜੀ ਗੱਲੋਂ ਸੀ? ਚਲੋ ਦੌੜ ਲਾਓ ਫਿਰ।
ਦੌੜ ਲਾਓ, ਦੌੜ ਦੇਖੀ ਕਿੰਨਾ ਦੌੜਦੇ ਆ। ਛੋਟੇ ਛੋਟੇ ਬੱਚੇ ਜੀ ਸਕੂਲਾਂ ਦੀ ਤਰਫ ਜਾ ਰਹੇ ਆ। ਕਿਹੜੀ ਕਲਾਸ ਚ ਆ? ਨਰਸਰੀ ਜੀ ਤੁਰਾ ਫਿਰਦਾ ਹਲੇ। ਇਹ ਵੀ ਸਾਡੇ ਇੱਕ ਪਿੰਡ ਦੇ ਬਹੁਤ ਪੁਰਾਣੇ ਦੋਧੀ ਆ ਜੀ, ਰਾਣਾ ਸਾਹਿਬ। ਰਾਣਾ ਸਾਹਿਬ ਕੀ ਹਾਲ ਆ? ਠੀਕ ਠਾਕ ਹੋ? ਚੱਕ ਲਿਆ ਦੁੱਧ? ਚਲੋ ਦੇਖ ਲਓ ਜੀ, ਰਕਸ਼ੇ ਦੇ ਵਿੱਚ ਹੀ ਸਾਡੇ ਮੋਟਰਸਾਈਕਲਾਂ 'ਚ ਰਕਸ਼ੇ ਬਹੁਤ ਚੱਲਦੇ ਇਸ ਤਰ੍ਹਾਂ ਟੋਡਰ। ਆਹ ਦੇਖ ਲਓ ਜੀ, ਇੱਕ ਹੋਰ ਆ ਗਈ, ਚਾਂਦ ਗਾੜੀ ਵੀ ਕਹਿ ਲੈਂਦੇ ਇਹਨਾਂ ਨੂੰ। ਕਿੱਧਰੋਂ ਆਇਆ? ਅੱਛਾ, ਕਣਕ ਬੀਜੀ ਨੀ ਹਲੇ? ਬੀਜਣੀ ਸੀ, ਅੱਜ ਕੇਰ ਨੀ ਸੀ। ਪਾਣੀ ਹੁਣ ਆ ਗਿਆ ਪੂਰਾ? ਪਾਣੀ ਤਾਂ ਪੂਰਾ ਆ ਗਿਆ। ਤੋ ਫਿਰ ਜਾਣਾ ਨੀ ਲੱਭਿਆ? ਨਾ, ਉਹ ਜਾਣਾ ਚਲਾ ਗਿਆ, ਪਤਾ ਨੀ ਕਿ ਜਾਮੂ ਦੇ ਦਰਦ ਹੁੰਦਾ ਸੀ, ਜਾਮੂ ਨੇ ਬੀਜ ਲੈ ਕੇ ਜਾਣਾ ਸੀ। ਅੱਛਾ, ਉਹ ਇੱਥੇ ਦਾੜੇ ਜੀ ਇਹਨਾਂ ਨੂੰ ਕਹਿੰਦਾ ਸੀ ਵੀ ਜਾ ਸੀ ਨੀ ਕਿੱਥੇ, ਜਾਮੂ ਲੈ ਕੇ ਜਾਣਾ, ਉਹਦੇ ਦਰਦ ਹੋਣ ਲੱਗ ਪਿਆ, ਵਾਲ ਪਿਆ ਸੀ ਨਾ ਉਹਦੇ ਇੱਕ, ਦਰਦ ਹੋਣ ਲੱਗ ਪੈਂਦਾ ਉਹਦੇ। ਅੱਲਾ ਰਹਿਮ ਕਰੇ। ਰਵੀ ਜੀ ਇੱਕ ਸਾਡੇ ਜੀਨੀਅਸ ਸਟੂਡੈਂਟ ਆ ਜੀ, ਸਕੂਲ ਦੀ ਤਿਆਰੀ। ਕਿਹੜੇ ਸਕੂਲੇ ਪੜ੍ਹਦਾ? ਅੱਛਾ, ਕਿਹੜੀ ਕਲਾਸ 'ਚ? ਅੱਛਾ, ਮਾਸ਼ਾ ਅੱਲਾਹ। ਗਏ ਨੀ? ਰਿਕਸ਼ਾ ਨਹੀਂ ਆਇਆ ਹਾਲੇ? ਤੂੰ ਸੁਣਾ ਬਈ, ਕਿਹੜੀ ਕਲਾਸ 'ਚ? ਸੈਵਨ 'ਚ। ਤੈਨੂੰ ਪਤਾ ਨਹੀਂ ਹੈਗਾ ਏਟਥ ਹੋ ਗਿਆ, ਤੂੰ ਸੈਵਨ ਦੱਸੀ ਜਾ। ਅਗਲੇ ਸਾਲ ਏਟਥ ਹੋਣਾ, ਪੜ੍ਹਾਉਣ ਪਹਿਲੇ ਲੱਗ ਪੈਂਦੇ ਹੈ, ਪਾ ਦਿਆਂਗੇ ਕੋਈ ਨਹੀਂ। ਨਾਂ ਦੱਸ ਆਪਣਾ ਕੀ ਆ? ਅਬਦੁਲ ਰਹਿਮਾਨ। ਸੁਬਹਾ ਸੁਬਹਾ ਦੋਜੀਆਂ ਦੀ ਦੌੜ ਲੱਗੀ ਆ ਜੀ। ਵੀ ਦੁੱਧ ਵਾਲੇ ਹੀ ਆ। ਬੰਦੇ ਦਾ ਟਾਇਰ ਪੈਂਚਰ ਹੋ ਗਿਆ ਜੀ ਸਵੇਰੇ ਸਵੇਰੇ, ਹੁਣ ਰੇਹੜੀ ਦਾ ਪੈਂਚਰ ਲਵਾਉਣ ਜਾ ਰਿਹਾ। ਬੰਦੇ ਜੀ ਸੁਬਹਾ ਸੁਬਹਾ ਆਪਣੇ ਆਪਣੇ ਕੰਮਾਂ ਕਾਰਾਂ 'ਤੇ। ਡਿਊਟੀ ਵਾਲੇ ਨਿਕਲੇ ਆ ਜੀ। ਚਾਚੀ ਇਹ ਕੀ ਚੱਕਿਆ ਆ? ਖਾਲ ਗਰਮ ਪਾਣੀ ਜੀ ਗਰਮ ਕਰਦੇ ਹੁੰਦੇ ਹੁਣ? ਹਾਂ, ਸਰਦੀ ਹੋ ਗਈ। ਆਹ ਵੇਖੋ ਜੀ, ਸਾਡੇ ਪਿੰਡ ਦੇ ਡਾਕਟਰ ਸਾਹਿਬ, ਮਾਸਟਰ ਵੀ ਰਿਟਾਇਰ ਹੋਏ ਆ, ਡਾਕਟਰ ਵੀ ਆ, ਤੇ ਕੜਾ ਚੱਕੀ ਫਿਰਦੇ ਡੰਗਰਾਂ ਨੂੰ ਦੇਣ ਵਾਲਾ। ਹਨਾ, ਕੜਾ ਹੀ ਆ ਇਹ? ਕੀ ਬਣਾਇਆ? ਕੀ ਆ? ਹਾਲੋ ਬਣਾਈ ਆ? ਕਿਆ ਬਾਤ ਆ! ਥਣ ਥੁਣ ਸਾਫ਼ ਹੋ ਜਾਂਦੇ ਆ, ਉਹ ਬਾਦੀ ਬੂਦੀ ਚੱਕੀ ਜਾਂਦੀ ਆ। ਦੁੱਧ ਲੈਣ ਵਾਲਾ ਪੰਛੀ ਹੋਰ ਨਿਕਲਿਆ ਜੀ। ਅੱਛਾ, ਇਹ ਦੇਣ ਵਾਲਿਆਂ 'ਚੋਂ ਜੀ, ਇਹ 2 ਕਿਲੋ ਦੁੱਧ ਲੈ ਕੇ ਆਇਆ। ਹੋਰ ਜਵਾਨਾਂ ਕੀ ਹਾਲ ਆ? ਠੀਕ ਆ ਭਾਜੀ, ਠੀਕ ਠਾਕ ਹੋ? ਡਿਊਟੀ 'ਤੇ ਨਹੀਂ ਗਏ? ਚੱਲੇ ਭਾਜੀ ਬਸ। ਓਏ ਬੋਕਰ ਲੈ ਕੇ ਆਇਆ, ਕਿੰਨੇ ਦੀ ਆਈ ਆ? ਉੱਦਾਂ ਹੀ ਚੱਕ ਲਿਆ। ਇਹ ਜੀ ਸਾਡੇ ਪਿੰਡ ਦੇ ਹਰ ਦਿਲ ਅਜ਼ੀਜ਼ ਸ਼ਖਸੀਅਤ, ਸਾਰਿਆਂ ਦੇ ਸਾਂਝੇ ਬੰਦੇ, ਮਾਮੂ ਸ਼ਰੀਫ ਸਾਹਿਬ। ਕੀ ਹਾਲ ਆ ਜੀ? ਕਿੱਧਰੋਂ ਦੰਦ ਤਿੱਖੇ ਕਰੀ ਜਾਂਦੇ ਆ? ਕੋਈ ਦਾਵਤ ਤਾਂ ਨਹੀਂ ਆ ਗਈ? ਦੰਦ ਤਿੱਖੇ ਕਰਨ ਡਏ ਆ। ਇਹ ਜਨਾਬ ਸਾਡੇ ਪਿੰਡ ਦੇ ਰਾਣਾ ਬੂਟਾ ਜੀ, ਜਿਹੜੇ ਹੁਣ ਕਣਕਾਂ ਦਾ ਸੀਜ਼ਨ ਆ, ਕੇਰਦੇ ਆ ਡਰਿੱਲ ਦੇ ਨਾਲ, ਬੋਲਦਾਂ ਵਾਲੀ ਡਰਿੱਲ ਦੇ ਨਾਲ ਕੇਰਦੇ ਕਣਕ ਲੋਕਾਂ ਦੀ। ਭਾਈਆਂ ਕੀ ਹਾਲ ਆ ਬੂਟਾ ਜੀ? ਅਤੇ ਕਿੱਧਰ ਨੂੰ ਚੱਲ ਪਈਆਂ ਸਰਕਾਰਾਂ? ਕਣਕ ਕੇਰ ਚੱਲੇ ਆ ਬੇਲੀ ਦੀ? ਅੱਛਾ, ਇਹ ਕਿੰਨੀ ਕਣਕ ਕੇਰਨੀ ਆ? 4 ਕਿੱਲੇ। 4 ਕਿੱਲੇ ਬੋਰੇ ਕਿੰਨੇ ਆ?
ਕਿੰਨੀ ਪਾਉਂਦੇ ਹੁੰਦੇ ਕਿੱਲੇ 'ਚ? 50 ਕਿਲੋ। ਠੀਕ ਆ, ਕਿੰਨੀ ਦੇਰ 'ਚ ਡਰਿੱਲ ਦੇ ਨਾਲ ਘੇਰੀ ਜਾਂਦੀ ਇੱਕ ਕਿੱਲਾ? ਘੰਟੇ ਤੋਂ ਪਹਿਲਾਂ ਘੇਰ ਹੋ ਜਾਂਦੀ ਹੈ। ਮਿਹਰਬਾਨੀ ਜਨਾਬ। ਇਹ ਡਰਿੱਲ ਆ ਜੀ ਬੋਲਦਾਂ ਵਾਲੀ। ਲਓ ਜੀ ਕਟਾਈ ਪੈ ਗਈ, ਬੋਲ ਮੋੜ ਲਿਆ ਨੇ। ਦੌੜ ਲਵਾ ਜਾਣਾ ਇਹਨਾਂ ਦੀ, ਖਿੱਲਰ ਜਾਣਾ ਮਾਲ ਨਾ ਲਵਾਈ। ਮੂਲੀਆਂ 20 ਰੁਪਈਏ ਕਿਲੋ ਲੈ ਜਾਓ, ਨਹਿਰੀ ਪਾਣੀ ਦਾ ਸਾਗ ਪਾਲਕ ਮੂਲੀਆਂ ਲੈ ਜਾਓ, ਮੂਲੀਆਂ 20 ਰੁਪਏ ਕਿਲੋ, ਮਿੱਠੀਆਂ ਤੇ ਲੰਬੀਆਂ ਮੂਲੀਆਂ 20 ਰੁਪਏ ਕਿਲੋ, ਮੂਲੀਆਂ ਲੈ ਜਾਓ, ਪਾਲਕ ਲੈ ਜਾਓ, ਖੜੀਆਂ ਮੂਲੀਆਂ ਪਾਲਕ ਲੈ ਜਾਓ, ਬੜੀਆਂ ਪਲੀਆਂ ਪਲੀਆਂ ਮੂਲੀਆਂ ਚੌਰੀ, ਮਿੱਠੀਆਂ ਤੇ ਲੰਬੀਆਂ ਮੂਲੀਆਂ 20 ਰੁਪਏ ਕਿਲੋ ਲੈ ਜਾਓ, ਖੜੀਆਂ ਮੂਲੀਆਂ ਲੈ ਜਾਓ, ਪਾਲਕ ਲੈ ਜਾਓ। ਰੇਟ ਵੀ ਸਵੱਲਾ ਹੀ ਆ, 20 ਰੁਪਈਏ ਕਿਲੋ ਹੈ। ਰੇਟ ਸਸਤੇ ਆ ਤੇਰੇ ਯਾਰ, ਫਾਇਦਾ ਦੇ ਰਿਹਾ ਆਵਾਮ ਨੂੰ। 100 ਦਾ 5 ਕਿਲੋ, 20 ਰੁਪਏ ਕਿਲੋ, ਸਸਤਾ ਹੋ ਗਿਆ। ਹੋਕਾ ਲਾ ਜਰਾ, 100 ਦਾ 5 ਕਿਲੋ ਖਰਾ ਪਿਆਜ ਹੁਣ ਨਹੀਂ, ਹੁਣ ਪਸੰਦ ਆਈ ਕਿ ਨਹੀਂ? ਧੱਕੇ ਨੇ ਪਾਉਣੀ ਪਈ ਹੈ ਨਾ ਭਾਈਆ। ਉਹ ਕਿਹੜੀ ਸ਼ਾਇ ਲੈ ਲਈ ਆ ਫਿੱਕਿਆ ਤੂੰ? ਫਿੱਕਾ ਕੁਝ ਖਾਂਦਾ ਵੀ ਨਜ਼ਰ ਆਉਂਦਾ ਕਿ ਨਹੀਂ? ਸਾਰਾ ਕੁਝ ਪਾਈਆ ਦੇ ਕਿਹੜੀ ਕਿਹੜੀ ਸਬਜ਼ੀ ਆ ਜਵਾਨਾਂ ਦੇ ਕੋ? ਤੇਲੇ, ਮੂੰਗਰੇ, ਅੱਛਾ, ਮਟਰ, ਮਟਰ, ਗਾਜਰਾਂ, ਸ਼ਕਰਕੰਦੀ, ਅੱਛਾ, ਸ਼ਕਰਕੰਦੀ ਕੱਚੀ ਆ? ਕੱਚੀ। ਇਹ ਤੁਹਾਡੇ ਹੋ ਗਏ ਜੀ 40, ਔਰ ਸ਼ਕਰਕੰਦੀ ਦਾ ਕੀ ਰੇਟ ਆ ਜਵਾਨਾਂ? 100 ਤੇ ਨਿਕਲੇ ਪਰੌਠੇ ਬਣਾ ਲਿਓ। ਲੈ ਦੋ ਹੀ ਮਿਲੀਆਂ, ਦੋ ਥੋੜੀਆਂ ਮੁੱਕਣੀਆਂ ਹੀ ਨੀ। ਇਹ ਵੀ ਮੋਟੇ ਮੋਟੇ ਪਾਣੇ ਆ ਕਿ ਪਤਲੇ ਪਤਲੇ? ਸ਼ਕਰਕੰਦੀ ਤਾਂ ਮੋਟੀ ਮੋਟੀ ਮੰਗਦਾ। ਗਾਹਕ ਦੀ ਮਰਜ਼ੀ ਹੁੰਦੀ ਹੈ, ਗਾਹਕ ਦੀ ਮਰਜ਼ੀ।
ਦੁਕਾਨਦਾਰ ਕੁਛ ਹੋਰ ਪਾਉਂਦਾ, ਗਾਹਕ ਚੱਕ ਕੇ ਹੋਰ ਪਾ ਲੈਂਦਾ, ਉਹਨੂੰ ਕੱਢ ਦਿੰਦਾ, ਚੱਲਦੀ ਨਹੀਂ ਹੈਗੀ। ਨਿੱਕੇ ਫਿਰ ਗਿਣਤੀ ਚ ਪੂਰੇ ਆ ਜਾਂਦੇ ਆ ਨਿਆਣਿਆਂ ਨੂੰ। ਹਾਂ ਨਹੀਂ ਨਹੀਂ ਖਿਆਲ ਕਰਨਾ ਚਾਹੀਦਾ, ਗੁੱਸੇ ਨਾ ਨਾ ਕੋਈ ਹੋਵੇ। ਮੈਨੂੰ ਦਿੱਤਾ ਨੀ ਹੈਗਾ ਅਮਰੂਦ, ਤਾਂ ਹੀ ਤਾਂ ਬਰੀਕ ਬਰੀਕ ਲਏ ਆ। ਕਿੰਨੇ ਵਜੇ ਬਣਾਉਣਾ? ਸਾਢੇ ਛੇ ਪਾਣੀ ਜਾਣੀ ਅੱਗੇ ਦੇ ਦੇਣਾ। ਪਾਣੀ ਪੂਰਾ? ਪਾਣੀ ਘੱਟ ਆ, ਪੂਰਾ ਨੀ ਹੈਗਾ। ਆ ਰਾਣੀ ਕਣਕ ਲਈ ਕਰਨ ਡੇ? ਕਿੰਨੇ ਕ ਮਿੰਟ ਵਿਚ ਕਰ ਲੈਣੇ ਕਿੱਲਾ? ਕਿੱਲਾ ਹੋ ਜਾਂਦਾ ਡੇਢ ਘੰਟੇ ਚ। ਡੇਢ ਘੰਟੇ ਕਿੱਲਾ ਹੋ ਜਾਂਦਾ? ਪਾਣੀ ਹਾਲੇ ਪੂਰਾ ਨੀ ਨਾ ਹੈਗਾ, ਪਾਣੀ ਘੱਟ। ਤੁਹਾਡਾ ਨਾਂ ਕੀ ਆ? ਮੁਹੰਮਦ ਇਕਬਾਲ। ਕਿਹੜੀ ਬਰਾਦਰੀ ਆ? ਰਾਣਾ। ਰਾਣਾ ਬਰਾਦਰੀ, ਵਾਹ ਜੀ ਵਾਹ। ਮੌਲਵੀ ਕੀ ਕਰੀ ਜਾਂਦਾ? ਰੋਟਾ ਬੰਦ ਕਰਦਾ ਨਕਾ? ਇੱਧਰ ਆ ਮੌਲਵੀ ਸਾਹਿਬ। ਇਹ ਬਰਸੀਮ ਬੀਜਣ ਲੱਗੇ ਜੀ ਛੱਟੇ ਦੇ ਨਾਲ। ਹੈ ਇੰਨੀ ਜਗ੍ਹਾ ਚ ਕਿੰਨਾ ਬੀਜ ਪੈਣਾ? ਫਿਰ ਸਰੋਂ ਵੀ ਰਲਾਈ ਹੋਣੀ ਆ। ਹਾਂ 2 ਕਿਲੋ ਬੀਜ ਨਾਲ ਹੋ ਜਾਣਾ ਤੇਰਾ ਕੰਮ। ਦਿਓ ਛੱਟਾ। ਕਿਆ ਬਾਤ ਆ ਜੀ, ਜ਼ਿਮੀਦਾਰੀ ਦਾ ਸਟਾਈਲ ਜੀ ਪੰਜਾਬ ਔਰ ਇੰਡੀਆ ਵਿੱਚ ਤਕਰੀਬਨ ਬਰਾਬਰ ਹੀ ਆ। ਮਸ਼ੀਨਰੀ ਨੇ ਲੈ ਲਿਆ ਇਹ ਸਾਰੇ ਕੰਮ, ਮਸ਼ੀਨਰੀ ਨਾਲ ਹੁਣ ਲੋਕ ਕਰਨ ਲੱਗ ਪਏ, ਲੇਕਿਨ ਫਿਰ ਵੀ ਜਿਹੜੇ ਹੱਥਾਂ ਨਾਲ ਕਰਨ ਵਾਲੇ ਉਹ ਹੱਥਾਂ ਨਾਲ ਕਰ ਰਹੇ। ਇਹ ਮੱਕੀ ਲੈ ਕੇ ਜਾ ਰਹੇ ਜੀ ਮੰਡੀਆਂ ਨੂੰ ਜ਼ਿਮੀਦਾਰ ਸੁਬਾ ਸੁਬਾ। ਮੱਕੀ ਦਾ ਅੱਜ ਕੱਲ੍ਹ ਬਹੁਤ ਰੂਜ ਹੈ। ਇਹ ਰਾਣਾ ਬਰਾਦਰੀ ਦੇ ਬੰਦੇ ਸਾਡੇ ਜੀ ਛੱਟਾ ਦੇ ਰਹੇ ਬਰਸੀਮ ਦਾ। ਬੰਦੀ ਹੋਈ ਸੀ ਪਾਣੀ ਦੀ, ਹੁਣ ਬਾਹਵੇ ਦੇਰ ਬਾਅਦ 2-3 ਹਫ਼ਤਿਆਂ ਬਾਅਦ ਪਾਣੀ ਆਇਆ, ਨਹਿਰਾਂ ਬੰਦ ਹੋ ਗਈਆਂ ਸੀ। ਆਹ ਕਤੀਕ ਕਿੱਧਰੋਂ ਭੱਜੀ ਆਈ ਆ? ਅੱਛਾ, ਉਹ ਤੂੰ ਗੋਡੇ ਨੰਗੇ ਕਰੀ ਫਿਰਦਾ ਇੱਧਰ ਆ। ਇਹਦਾ ਇੱਕ ਦਿਨ ਧੁਰਾ ਟੁੱਟ ਗਿਆ ਸੀ। ਕਿੱਧਰੋਂ ਆਇਆ? ਨੱਕਾ ਲਾ ਕੇ? ਵਾਹ ਜੀ। ਰੇਹੜੀਆਂ ਦੇ ਲੋਕ ਜੀ ਹੁਣ ਪੱਠੇ ਤੱਥੇ ਲਈ ਨਿਕਲੇ ਆ ਬਾਹਰ, ਰੂੜੀ ਪਾ ਲਿਆਉਂਦੇ ਆ। ਢੱਗਾ ਵੀ ਦੇਖੋ ਵੀ ਦੇਸੀ ਆ, ਚੰਗਾ ਮਾਸ਼ਾਅੱਲਾ ਕੱਦ ਕਾਠ ਵਾਲਾ। ਮੌਲਵੀ ਸਾਹਿਬ ਜੀ ਵੱਟ ਪਾ ਰਹੇ ਆ। ਬੀਜਣਾ ਕੀ ਇੱਥੇ ਮੌਲਵੀ ਸਾਹਿਬ? ਕਣਕ ਦੀ ਰੌਣੀ ਕਰਨੀ ਆ ਜੀ। ਕਣਕ ਦੀ ਰੌਣੀ ਕਰਨੀ ਆ, ਕਿਆ ਬਾਤ ਆ ਜੀ। ਇਹ ਕਿਹੜੇ ਤਰੀਕੇ ਨਾਲ ਵੱਟ ਪਾਉਣਾ? ਨਾਲ ਤੁਰ ਕੇ ਪਾਇਆ ਕਰ ਹਾਂ ਵੱਟ, ਇਧਰਲੀ ਸਾਈਡ ਤੋਂ ਮਿੱਟੀ ਚੱਕ ਕੇ ਨਾਲ ਲਾਇਆ ਕਰ। ਇਹ ਵੱਟਾਂ ਜੀ ਜਿੰਦਰੇ ਨਾਲ ਵੀ ਪਾ ਲੈਂਦੇ ਆ ਤੇ ਕਈ ਨਾਲ ਵੀ ਪਾ ਲੈਂਦੇ ਆ, ਦੋਵਾਂ ਤਰੀਕਿਆਂ ਨਾਲ ਪਾ ਜਾਂਦੀਆਂ। ਇਕੱਲਾ ਬੰਦਾ ਕਈ ਨਾ ਪਾ ਲੈਂਦਾ, ਦੋ ਬੰਦੇ ਹੁਣ ਤਾਂ ਫਿਰ ਜਿੰਦਰੇ ਨਾਲ ਪਾ ਲੈਂਦੇ ਆ। ਤੇ ਦੂਸਰੀ ਬਾਤ ਇਹ ਆ ਵੀ ਹੁਣ ਤਾਂ ਮਸ਼ੀਨਰੀ ਵੀ ਆ ਗਈ, ਮਸ਼ੀਨਰੀ ਨਾਲ ਵੀ। ਕਣਕ ਕਿੰਨੀ ਬੀਜ ਲਈ ਮੌਲਵੀ ਸਾਹਿਬ? ਕਣਕ ਦੇ 3 ਕਿੱਲੇ ਬੀਜ ਲਏ ਜੀ। ਜਮਾਜ ਮੂਹ ਠੀਕ ਹੋਇਆ ਕਣਕ ਦਾ? ਮਾਸ਼ਾਅੱਲਾ ਜੀ, ਕਣਕ ਦਾ ਪੂਰਾ ਜਮਾਜ ਜੀ। ਚਲੋ ਜੀ ਮਾਸ਼ਾਅੱਲਾ, ਝਾੜ ਵੀ ਅੱਲਾ ਚੰਗਾ ਦਵੇ। ਕਣਕ ਬੀਜੀ ਹੋਈ ਆ, ਜਰਮੀਨੇਸ਼ਨ ਤਾਂ ਮਾਸ਼ਾਅੱਲਾ ਇਹਦੀ ਠੀਕ ਆ ਜੀ, ਤੇ ਬਾਕੀ ਰੱਬ ਦੇ ਕੰਮ ਅੱਗੋਂ ਝਾੜ। ਇਹ ਜਿਹੜੀਆਂ ਪੈਲੀਆਂ ਜੀ ਮੈਰਾ ਜ਼ਮੀਨ ਆ, ਨਾ ਬਹੁਤੀ ਸਖਤ ਆ ਅਤੇ ਨਾ ਬਹੁਤੀ ਨਰਮ ਆ, ਦਰਮਿਆਨੀ ਜਿਹੀ ਆ। ਇੱਥੇ ਤਕਰੀਬਨ ਕਣਕ ਦਾ ਝਾੜ ਜਿਹੜਾ ਨਾ ਬਿਹਤਰੀਨ ਹੁੰਦਾ ਆ, ਬਾਕੀ ਫਸਲਾਂ ਵੀ ਠੀਕ ਆ ਲੇਕਿਨ ਕਣਕ ਜਿਹੜੀ ਨਾ ਮੋਸਟ ਫੇਵਰੇਟ ਆ ਇੱਥੇ ਦੀ। ਵਾਹ ਜੀ ਵਾਹ, ਵਾਹ ਜੀ ਵਾਹ। ਚੀਮਾ ਸਾਹਿਬ ਕੀ ਹਾਲ ਆ, ਕਿੱਧਰ ਨੂੰ ਲਾਈ ਆ ਦੌੜ? ਹੈਂ
ਮਲੰਗ ਆ ਜੀ ਸਾਡੇ ਪਿੰਡ ਦੇ, ਸਾਰੀ ਦਿਹਾੜੀ ਗਲੀਆਂ 'ਚ ਰੌਣਕ ਲਾਈ ਰੱਖਦੇ ਆ। ਬਹੁਤ ਸਾਰੇ ਲੋਕ ਇਹਨਾਂ ਦੇ ਫੈਨ ਆ। ਮਾਲੀ ਠੀਕ ਆ, ਇਹ ਮੁਨਾਫਾ ਆਇਆ ਪਿੱਛੋਂ ਕਹਿੰਦੇ ਤੇਰਾ ਤੋਰ ਤਰਾਵਾ ਹੋ ਗਿਆ ਹੈ, ਕਹਿੰਦੇ ਰੋਇਆ ਬਹੁਤ।